ਅੱਜ ਚੱਲਿਆ ਜੀ ਆਪਾਂ ਹੇਮਕੁੰਡ ਸਾਹਿਬ ਨੂੰ। ਰਿਸ਼ੀਕੇਸ਼ ਤੋਂ ਸਟਾਰਟ ਕਰੀ ਸੀ ਆਪਾਂ ਜਰਨੀ ਅੱਜ ਦੀ, ਤੇ ਕੱਲ ਆਪਾਂ ਬਰਨਾਲੇ ਤੋਂ ਆਏ ਸੀ ਰਿਸ਼ੀਕੇਸ਼ ਤੱਕ। ਸਿਮਰਜੀਤ ਸਿੰਘ, ਉਦੈਦੀਪ ਸਿੰਘ, ਸ਼ਮਸ਼ੇਰ ਸਿੰਘ ਸ਼ੈਂਟੀ ਡਰਾਈਵ ਕਰਦੇ ਆ, ਬਹੁਤ ਵਧੀਆ ਕਰ ਰਹੇ ਆ ਗੱਭਰੂ। ਤੇ ਗਰਮੀ ਹੈਗੀ ਆ ਊਂ ਵਧੀਆ, ਤੇ ਮੌਸਮ ਵੀ ਵਧੀਆ ਹੈਗਾ, ਪਹਾੜਾਂ ਦਾ ਆਨੰਦ ਮਾਣੋ। ਅੱਗੇ ਅੱਗੇ ਤੁਹਾਨੂੰ ਦਰਸ਼ਨ ਸਾਰੇ ਕਰਾਈ ਜਾਵਾਂਗੇ ਆਪਾਂ ਨਾਲ ਨਾਲ, ਤੁਸੀਂ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ। ਗਾਈ ਜੀ ਵੀਰੇ, ਆਪਾਂ ਹੁਣ ਚੱਲੇ ਆ ਘਾਟ ਤੋਂ ਧਾਮ ਤੱਕ, ਤੇ ਆ ਆਪਣਾ ਰੂਮ ਸੀ, ਰਾਤ ਰੂਮ ਲਿਆ ਸੀ ਆਪਣਾ ਸਾਥੀ, ਤੇ ਅੱਗੇ ਦਾ ਸਫ਼ਰ ਦਿਖਾਉਣੇ ਆ ਇੱਧਰ ਇਹ ਵਿਊ ਆਪਣੇ ਰੂਮ ਤੋਂ ਆਪਾਂ ਸਾਰੇ ਰਹਿ ਗਏ। ਸਿਮਰਜੀਤ ਸਿੰਘ ਹਾਏ ਕਰੋ, ਮੌਸਮ ਵੀ ਬਹੁਤ ਵਧੀਆ, ਆਪਾਂ ਕੋਟ ਕਾਟ ਲੈ ਲਿਆ ਪੂਰੀ ਤਿਆਰੀ ਨਾਲ ਚੱਲੇ ਹੈਗੇ ਹੁਣ ਉੱਪਰ ਨੂੰ ਪਹਾੜੀਆਂ ਦੇ ਉੱਪਰ ਨੂੰ। ਗਾਈਸ ਵੀਰੇ, ਜਿਨ੍ਹਾਂ ਤੋਂ ਨਹੀਂ ਤੁਰਿਆ ਜਾਂਦਾ ਨਾ ਪੈਦਲ ਪੂਦਲ, ਫਿਰ ਉਹ ਹੈਲੀਕਾਪਟਰ ਦੀ ਸਵਾਰੀ ਕਰਦੇ ਆ, ਤੇ ਉਹ ਚੱਲੇ 5-4 ਮਿੰਟਾਂ ਦਾ ਪ੍ਰੋਸੈਸ ਆ ਇਹ, ਤੇ 3000 ਰੁਪਇਆ ਟਿਕਟ ਆ ਇਹਨਾਂ ਦੀ, ਬਜ਼ੁਰਗ ਬੰਦਿਆਂ ਵਾਸਤੇ ਸਹੀ ਆ।
ਇਹਦਾ ਦੂਜਾ ਤੀਜਾ ਘੇੜਾ ਸਾਡੇ ਦੇਖਦੇ ਦੇਖਦੇ। ਵਧੀਆ ਚੀਜ਼ ਆ ਇਹ ਪੂਰੀ। ਹੋਰ ਕੁਛ ਤੁਸੀਂ ਦੱਸਣਾ ਚਾਹੋ? ਠੀਕ ਆ ਠੀਕ ਆ। ਅਸੀਂ ਫਸਟ ਟਾਈਮ ਆਏ ਆ ਤੇ ਮੁੰਡਾ ਚੌਥੀ ਪੰਜਵੀਂ ਵਾਰ ਆਇਆ। ਪਹਿਲਾਂ ਬਾਈਕ ਤੇ ਆਉਂਦੇ ਹੁੰਦੇ, ਅੱਜ ਅਸੀਂ ਕਾਰ ਤੇ ਆਏ। ਚਲੋ ਦੇਖਦੇ ਆ ਅੱਗੇ ਦਾ ਪ੍ਰੋਸੈਸ ਫਿਰ। ਚਾਰ ਬੰਦੇ ਕਹਿੰਦੇ ਪੂਰੇ ਮਾਰਗ ਦਰਸ਼ਨ ਕਰਦੇ ਹੋਏ, ਬਾਕੀ ਦੀ ਸੰਗਤ ਮਗਰ ਤੁਰ ਰਹੀ ਹੈ। ਯਾਤਰਾ ਜਿਹੜੀ ਹੇਮਕੁੰਡ ਸਾਹਿਬ ਬਰਨਾਲਾ ਟੂ ਸ੍ਰੀ ਹੇਮਕੁੰਡ ਸਾਹਿਬ ਪੰਜਾਬ ਪੁਲਿਸ ਵਾਲੇ ਸਤਵਾਂ ਆਉਣ ਤੋਂ ਪਹਿਲਾਂ ਵੀਰੋ ਇੱਥੇ ਸੋਫੀਆਂ ਦਾ ਪੈਕਟ ਲੈ ਕੇ ਆਇਆ ਕਰੋ, ਚੌਕਲੇਟ, ਸਟ੍ਰਾਬੇਰੀ, ਐਨਰਜੀ ਡਰਿੰਕਸ। ਕੁਝ ਧਿਆਨ ਰੱਖਣ ਯੋਗ ਗੱਲਾਂ ਸਫ਼ਰ ਦੇ ਵਿੱਚ, ਸਮਾਨ ਤਾਂ ਦੇਖੋ ਲਿਆਉਣਾ ਜ਼ਰੂਰੀ ਹੁੰਦਾ ਹੀ ਆ, ਪਰ ਉਹ ਸਮਾਨ ਚੱਕਿਆ ਜਾਵੇ ਜਿਹਦੀ ਜ਼ਰੂਰਤ ਆ। ਜ਼ਿਆਦਾ ਵਜਨ ਆ ਜਿਹੜਾ ਉਹ ਸਫ਼ਰ ਦੇ ਵਿੱਚ ਤੰਗ ਕਰਦਾ। ਜਦੋਂ ਪਹੁੰਚ ਜਾਂਗੇ ਸ਼ਾਮ ਤੱਕ ਜਾਂਦੇ ਜਾਂਦੇ। ਟੋਟਲ 17 ਕਿਲੋਮੀਟਰ ਕਹਿੰਦੇ ਪੈਦਲ ਯਾਤਰਾ। ਆਪਾਂ 4-5 ਕਿਲੋਮੀਟਰ ਆ ਗਏ, ਬਾਕੀ ਅੱਗੇ ਦੀ ਯਾਤਰਾ ਆਪਾਂ ਤੁਹਾਨੂੰ ਕੰਟੀਨਿਊ ਬਿਠਾਈ ਆ।
ਜੰਗੀਰ ਸੰਭ ਗਿਆ ਉਹ ਵੀਰਾ ਆ ਗਿਆ ਵੀਰੇ ਇੱਕ ਫੋਟੋ ਕਰ ਦੇ ਪਿੰਗਿਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਆ ਸੇ ਹੈਲੋ ਸੇ ਹਾਏ ਪਿੰਗੇ ਇਹ ਸੇਵਾ ਕਰਦੇ ਆ ਭਾਈ ਬੱਚਿਆਂ ਨੂੰ ਉੱਪਰ ਲੈ ਕੇ ਜਾਂਦੇ ਆ ਦਿਸ ਇਜ਼ ਪਿਓਰ ਨੈਚੁਰਲ ਮਿਨਰਲ ਵਾਟਰ ਕੈਂਗਨ ਵਾਟਰ
ਝਰਨਾ ਜੀ, ਝਰਨਾ ਕਹਿ ਰਿਹਾ ਇਹਨੂੰ, ਬਹੁਤ ਠੰਡਾ ਪਾਣੀ ਨੂੰ ਕਰੋ ਗੱਲ।
ਵਿਊ ਚੈੱਕ ਕਰੋ, ਵਿਊ ਵਿਊ ਚੈੱਕ ਕਰੋ। ਇੱਥੇ ਆ ਕਹਿੰਦੇ ਹੈਲੀਪੈਡ, ਹੈਲੀਪੈਡ ਤੇ ਇੱਥੇ ਆਊਗਾ ਹੈਲੀਕਾਪਟਰ ਹੰਢਾਇਆ ਬਣਾ ਰੱਖਿਆ ਉਹਨਾਂ ਨੇ। ਕਰ ਸਿੰਘ ਨੂੰ ਗੱਲ, ਕਿੱਥੇ ਪਹੁੰਚ ਗਏ ਆਪਾਂ? ਬਹੁਤ ਜ਼ਿਆਦਾ ਸੰਗਤ ਆ, ਸੰਗਤ ਗਈ ਆ, ਖਾਲੀ ਮਿਲੂ ਹੈਲੀਕਾਪਟਰ ਆ ਗਿਆ ਜੀ। ਇਹ ਨੀਚੋਂ ਲਿਆਉਂਦਾ ਘਾਟ ਤੋਂ ਸੰਗਤ ਨੂੰ, ਘਾਟ ਤੋਂ ਲਿਆ ਕੇ ਧਾਮ ਤੇ ਛੱਡ ਦਿੰਦਾ। ਪੂਰੀ ਗੱਲਬਾਤ ਆ ਕਹਿੰਦੇ ਜੀ, ਮਿੱਤਰੋ ਆਪਾਂ ਪਹੁੰਚ ਗਏ ਧਾਮ ਤੇ ਕਹਿੰਦੇ। ਹਾਂਜੀ ਸ਼ੇਰ ਜੀ, ਹਾਂਜੀ ਚੈੱਕ ਕਰੋ ਮਿੱਤਰਾਂ ਦੀ ਬਾਈ, ਪਹੁੰਚ ਜਾਂਗੇ ਆਪਾਂ 10 ਮਿੰਟਾਂ ਵਿੱਚ। ਗਲੇਸ਼ੀਅਰ ਤੇ ਪਹੁੰਚ ਗਏ ਜੀ ਆਪਾਂ, ਗਲੇਸ਼ੀਅਰ ਤੇ, ਪਰ ਗੰਦੀ ਕੱਚੀ ਵੀ ਆ ਬਰਫ ਸਾਰੀ। ਹੋ
ਸ੍ਰੀ ਅਕਾਲ। ਜਿਸੇ ਪ੍ਰਾਪਤ ਹੋਏ ਖੇਮ ਸ਼ਾਨ ਰਿਧ ਨਾਲ ਰਿਧ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ।